ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਹੋ ਤੁਹਾਡੇ ਵਾਸਤੇ ਨਵੀਂ ਆਈਟਮ ਲੈ ਕੇ ਆਏ ਹਾਂ ਜਿਵੇਂ ਕਿ ਆਪਾਂ ਅੱਗੇ ਸਟਰੋਕ ਮੰਗਾਈਦਾ ਸੀ ਓਲਡ ਫੋਨ ਦਾ ਆਈਫੋਨ ਦਾ ਹੁਣ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਿਲਕੁਲ ਬ੍ਰੈਂਡ ਨਿਊ ਮਾਡਲ ਆਈਫੋਨ ਦੇ ਵਿੱਚ 12 13 14 ਸੀਰੀਜ਼ ਜਿਹੜੀ ਵੀ ਆਪਣੇ ਕੋਲ ਪਹੁੰਚੀ ਹੈ ਆਪਾਂ ਚੈੱਕ ਕਰਦੇ ਹਾਂ ਦੇਖਦੇ ਹਾਂ ਕਿਹੜਾ ਮਾਡਲ ਆਇਆ ਹੈ ਆਪਣੇ ਕੋਲ ਵਿਦ ਬਿਲਿੰਗ GST ਅਤੇ ਆਪਣੇ ਕੋਲ ਜਿਹੜਾ ਸਟੋਕ ਆ ਬਾਈ ਜੀ ਪਹੁੰਚ ਚੁੱਕਾ ਵਾ ਅਤੇ ਤੁਹਾਡੇ ਸਾਹਮਣੇ ਆਪਾਂ ਇਹਨੂੰ ਕਰਾਂਗੇ ਕਟਿੰਗ ਅਤੇ ਵੇਖਾਂਗੇ ਫੋਨਸ ਦੇ ਮਾਡਲ ਲਓ ਜੀ ਆਪਣੇ ਕੋਲ ਐਪਲ ਦਾ ਸਟੋਕ ਪਹੁੰਚ ਚੁੱਕਾ ਫੜੋ ਬਾਈ ਜੀ ਆਈਫੋਨ ਤੁਹਾਨੂੰ ਦਵਾਂਗੇ ਬਿਨਾਂ ਵਿਆਜ ਤੋਂ ਜਿਹੜੇ ਫੋਨ ਨੇ ਵਿਦ ਬਿਲਿੰਗ GST ਤੇ ਕੋਈ ਵੀ ਜਿਹੜਾ ਵਾ ਵਿਆਜ ਨਹੀਂ ਲਾਇਆ ਜਾਊਗਾ ਨੋ ਕੋਸਟ EMI ਤੇ ਬਾਈ ਨੂੰ ਸਮਝਾਉਣਗੇ ਤੁਹਾਨੂੰ ਕਿਵੇਂ ਆਪਾਂ ਜਿਹੜੀ ਆ ਨੋ ਕੋਸਟ EMI ਚੱਲੇਗੀ ਸਮਝਾਓ ਬਾਈ ਜੀ ਭਾਜੀ ਨਾਲ ਹਾਂਜੀ ਵੀਰ ਜੀ ਹੁਣ ਅੱਗੇ ਕੀ ਕਿ ਆਪਣੇ ਬਜਾਜ ਦੇ ਵਿੱਚ HDFC ਦੇ ਕਾਰਡ ਦੇ ਉੱਤੇ ਕਸਟਮਰ ਨੂੰ ਜਦੋਂ EMI ਕਰਾਉਂਦੇ ਸੀ ਕਿਸ਼ਤਾਂ ਕਰਾਉਂਦੇ ਸੀ ਉਦੋਂ ਪੈਂਦਾ ਸੀ ਵਿਆਜ ਹੁਣ ਉਹ ਪ੍ਰੋਬਲਮ ਨਹੀਂ ਆਏਗੀ ਉਹ ਭਾਵੇਂ ਕਸਟਮਰ ਬਜਾਜ ਕਰਾਵੇ ਚਾਹੇ ਕਸਟਮਰ ਕ੍ਰੈਡਿਟ ਕਾਰਡ 'ਤੇ ਫਾਈਨਾਂਸ ਕਰਾਵੇ ਪਲੱਸ ਕਸਟਮਰ ਨੂੰ ਉਹਦਾ ਕੈਸ਼ਬੈਕ ਵੀ ਮਿਲੇਗਾ ਜਿਹੜਾ ਕਿ ਸਟੋਰ ਦੇ ਉੱਤੇ ਐਲੀਜੀਬਲ ਆ ਉਹੀ ਕੈਸ਼ਬੈਕ ਤੁਹਾਨੂੰ ਤਰਨ ਤਾਰਨ ਵਿੱਚ PGS ਬ੍ਰਦਰ ਮੋਬਾਈਲ ਤੋਂ ਮਿਲੇਗਾ ਪਲੱਸ ਬਜਾਜ 'ਤੇ ਵੀ ਕਰਾਓਗੇ ਉੱਤੇ ਵੀ 0% ਇੰਟਰਸਟ 'ਤੇ ਤੁਹਾਨੂੰ ਐਪਲ ਦਾ ਡਿਵਾਈਸ ਮਿਲੇਗਾ ਕੋਈ ਉੱਤੇ ਇੰਟਰਸਟ ਨਹੀਂ ਪਏਗਾ ਆਪਾਂ ਨੂੰ ਇਸ ਵਿੱਚ ਨਾ ਹੀ ਤੁਹਾਨੂੰ ਕ੍ਰੈਡਿਟ ਕਾਰਡ 'ਤੇ ਇੰਟਰਸਟ ਪਏਗਾ ਹੁਣ ਤੁਸੀਂ ਖਰੀਦ ਸਕਦੇ ਹੋ ਬਿਨਾਂ ਵਿਆਜ ਤੋਂ ਫੋਨ ਤਰਨ ਤਾਰਨ PGS ਬ੍ਰਦਰ ਮੋਬਾਈਲ 'ਤੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਅਤੇ ਇੰਸਟਾਗ੍ਰਾਮ ਯੂਟਿਊਬ 'ਤੇ ਤੁਸੀਂ ਚੈੱਕ ਕਰ ਸਕਦੇ ਜੇ ਆਪਣੀਆਂ ਨੋ ਕੋਸਟ EMI ਕਿਵੇਂ ਕਰਾ ਸਕਦੇ ਹਾਂ ਆਪਾਂ ਨਵਾਂ ਫੋਨ ਵੀ ਬਿਨਾਂ ਵਿਆਜ ਤੋਂ ਮਿਲੂਗਾ ਹੁਣ ਆਪਾਂ ਨੂੰ PGS ਬ੍ਰਦਰ ਮੋਬਾਈਲ ਤਰਨ ਤਾਰਨ 'ਤੇ